ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ, ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਹਿਣਾ ਜੀ ਦੇ ਨਾਲ। ਇਹ ਖਬਰਾਂ ਤੁਹਾਨੂੰ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋਸਪਾਈਸ ਵਰਲਡ ਤੇ ਮਨੀਗ੍ਰਾਮ ਨੇ। ਟਹਿਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਦੀ ਗੱਲ ਕਰਦੇ ਆ ਜੀ। ਕੱਲ ਸਰਾਭਾ ਪਿੰਡ ਪਹੁੰਚੇ ਤੇ ਉੱਥੇ ਕਾਫੀ ਸਾਰੀਆਂ ਗੱਲਾਂ ਕੀਤੀਆਂ ਨੇ ਉਹਨਾਂ ਨੇ। ਬਿਲਕੁਲ ਜੀ ਬਿਲਕੁਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੱਲ ਸਰਾਭਾ ਪਿੰਡ ਦੇ ਵਿੱਚ ਪਹੁੰਚਿਆ ਗਿਆ, ਕਿਉਂਕਿ ਲੰਘੇ ਕੱਲ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਸੀ। ਇਸ ਮੌਕੇ ਦੇ ਉੱਤੇ ਉਹ ਪਹੁੰਚੇ ਆ, ਉਹਨਾਂ ਦੇ ਵੱਲੋਂ ਕਈ ਗੱਲਾਂ ਕਹੀਆਂ ਗਈਆਂ। ਉਹਨਾਂ ਨੇ ਇਹ ਗੱਲ ਕਹੀ ਆ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਅਸੀਂ ਕਰਨ ਦੇ ਲਈ ਵਚਨਬੱਧ ਹਾਂ। ਉਹਨਾਂ ਨੇ ਕਿਹਾ ਜੀ ਕਿ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਲਾਲਾ ਲਾਜਪਤ ਰਾਏ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਤੇ ਬਾਕੀ ਜਿਹੜੇ ਇਹੋ ਜਿਹੇ ਮਹਾਨ ਹਸਤੀਆਂ, ਇਹਨਾਂ ਨੂੰ ਭਾਰਤ ਰਤਨ ਪੁਰਸਕਾਰ ਮਿਲਣੇ ਚਾਹੀਦੇ ਆ ਤੇ ਕੇਂਦਰ ਦੀ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨੂੰ ਭਾਰਤ ਰਤਨ ਦਿੱਤੇ ਜਾਣ। ਫਿਰ ਉਹਨਾਂ ਨੇ ਕੱਲ੍ਹ ਜਦੋਂ ਲੁਧਿਆਣੇ ਦੇ ਵਿੱਚ ਵੱਡਾ ਇੱਕ ਸਮਾਗਮ ਰੱਖਿਆ ਗਿਆ ਸੀਗਾ ਸੂਬਾ ਪੱਧਰੀ, ਉਹਦੇ ਵਿੱਚ ਇਹ ਗੱਲ ਕਹੀ ਆ ਕਿ ਹਲਵਾਰੇ ਵਾਲਾ ਏਅਰਪੋਰਟ ਬਹੁਤ ਜਲਦ ਸ਼ੁਰੂ ਹੋਣ ਲੱਗਾ, ਉਹਦੇ ਲਈ ਅਸੀਂ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰ ਲਈਆਂ, ਕੇਂਦਰ ਦੇ ਵੱਲੋਂ ਵੀ ਇਜਾਜ਼ਤ ਮਿਲ ਗਈ ਆ ਤੇ ਬਹੁਤ ਜਲਦ ਇਹਦੀ ਸ਼ੁਰੂਆਤ ਹੋਊਗੀ। ਫਿਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਸ਼ਹੀਦਾਂ ਦੇ ਸੁਪਨੇ ਅਸੀਂ ਸਾਕਾਰ ਕਰਨ ਵਾਸਤੇ ਦਿਨਾਂ ਤੋਂ ਇੱਕ ਕਰ ਰਹੇ ਹਾਂ, ਮਗਰਲੀਆਂ ਸਰਕਾਰਾਂ ਨੇ ਕੁਝ ਕੀਤਾ ਨਹੀਂ ਕੀਤਾ, ਪਰ ਜੋ ਕੁਝ ਸਾਡੇ ਹਿੱਸੇ ਦੇ ਵਿੱਚ ਆਉਂਦਾ ਉਹ ਅਸੀਂ 100% ਕਰ ਰਹੇ ਹਾਂ। ਅਤੇ ਉਹਨਾਂ ਨੇ ਕਈ ਗੱਲਾਂ ਕਹੀਆਂ, ਪਰ ਗੱਲ ਇਹ ਆ ਵੀ ਸ਼ਹੀਦਾਂ ਨੂੰ ਸਿਰਫ ਦੋ ਦਿਨ ਚੇਤੇ ਨਹੀਂ ਕਰਨਾ ਚਾਹੀਦਾ, ਵੀ ਇੱਕ ਤਾਂ ਜਨਮ ਦਿਨ ਦੇ ਮੌਕੇ ਕਰ ਲਿਆ, ਇੱਕ ਸ਼ਹੀਦੀ ਦਿਹਾੜੇ ਮੌਕੇ ਕਰ ਲਿਆ, ਉੱਦਾਂ ਵੀ ਸ਼ਹੀਦ ਚੇਤੇ ਰੱਖਣੇ ਚਾਹੀਦੇ ਆ, ਪੂਰਾ ਸਾਲ ਚੇਤੇ ਰਹਿਣੇ ਚਾਹੀਦੇ ਆ, ਪੂਰੀ ਉਮਰ ਚੇਤੇ ਰਹਿਣੇ ਚਾਹੀਦੇ ਆ, ਤਾਂ ਜੋ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਵੀ ਮਿਲ ਸਕੇ ਤੇ ਉਹਨਾਂ ਦੇ ਸੁਪਨਿਆਂ ਦਾ ਸਮਾਜ ਵੀ ਸਿਰਜਿਆ ਜਾ ਸਕੇ ਜੀ। ਜੀ ਬਿਲਕੁਲ, ਤੁਹਾਡੀ ਗੱਲ 100% ਸਹੀ ਹੈ, ਪਰ ਅਫਸੋਸ ਇਹ ਸ਼ਹੀਦ ਦੋ ਦਿਨ ਹੀ ਯਾਦ ਆਉਂਦੇ ਨੇ ਸਰਕਾਰਾਂ ਨੂੰ। ਖੈਰ, ਇੱਕ ਹੋਰ ਵੱਡਾ ਐਲਾਨ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੀਤਾ ਗਿਆ, ਕਹਿੰਦੇ 26 ਜਨਵਰੀ ਤੋਂ ਪੰਜਾਬ 'ਚ 500 ਹੋਰ ਆਮ ਆਦਮੀ ਕਲੀਨਿਕ ਖੋਲੇ ਜਾਣਗੇ। ਹਾਂ ਬਿਲਕੁਲ ਜੀ, ਇਹ ਗੱਲ ਕਹੀ ਗਈ ਹੈ ਪੰਜਾਬ ਦੀ ਸਰਕਾਰ ਦੇ ਵੱਲੋਂ ਕਿ 26 ਜਨਵਰੀ ਤੋਂ 500 ਹੋਰ ਮੁਹੱਲਾ ਕਲੀਨਿਕ ਜਾਣੀ ਕਿ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ ਪੰਜਾਬ ਦੇ ਵਿੱਚ। ਉਹਦਾ ਕਾਰਨ ਮਹੱਤਵਪੂਰਨ ਇਹ ਆ ਵੀ ਪੰਜਾਬ ਦੇ ਵਿੱਚ ਹਰ ਮੁਹੱਲੇ ਦੇ ਵਿੱਚ ਕਲੀਨਿਕ ਖੋਲ੍ਹਣ ਦੀ ਗੱਲ ਕੀਤੀ ਗਈ ਸੀ ਅਤੇ ਇਸ ਵੇਲੇ 75 ਜਾਂ 80 ਦੇ ਕਰੀਬ ਆ ਮੇਰਾ ਖਿਆਲ ਵੀ ਜਿਹੜੇ ਮੁਹੱਲਾ ਕਲੀਨਿਕ ਬਣੇ ਆ ਜਿਹਨੂੰ ਅਸੀਂ ਆਮ ਆਦਮੀ ਕਲੀਨਿਕ ਕਹਿੰਦੇ ਹਾਂ। ਅਤੇ ਪੰਜਾਬ ਦੀ ਸਰਕਾਰ ਦੇ ਵੱਲੋਂ ਇਹ ਸ਼ੁਰੂਆਤ ਦੇ ਵਿੱਚ ਇੱਕ ਟ੍ਰਾਇਲ ਦੇ ਤੌਰ 'ਤੇ ਖੋਲ੍ਹੇ ਗਏ ਸੀਗੇ ਜਦੋਂ ਆ 15 ਅਗਸਤ ਦਾ ਦਿਨ ਸੀਗਾ ਉਸ ਵੇਲੇ, ਕਿਉਂਕਿ ਆਜ਼ਾਦੀ ਦਿਹਾੜਾ ਸੀਗਾ 75ਵਾਂ, ਇਸ ਕਰਕੇ ਇੰਨੇ ਕੀ ਖੋਲ੍ਹੇ ਗਏ ਸੀ। ਸੋ ਹੁਣ ਆਪਾਂ ਕੱਲ੍ਹ ਖਬਰ ਸਾਂਝੀ ਕੀਤੀ ਸੀ ਵੀ ਪੰਜਾਬ ਦੇ ਸਿਹਤ ਮੰਤਰੀ ਨੇ ਇਹ ਗੱਲ ਆਖੀ ਸੀ ਕਿ ਲੋੜ ਇਸ ਵਕਤ ਹੈਗੀ ਆ ਕਿ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਦੀ ਅਤੇ ਮੁਹੱਲਾ ਕਲੀਨਿਕਾਂ ਦੇ ਨਾਲ ਸਿਹਤ ਸਹੂਲਤਾਂ ਦੇ ਵਿੱਚ ਬਹੁਤ ਜ਼ਿਆਦਾ ਬਿਹਤਰੀ ਆਈ ਆ। ਉਹਨਾਂ ਨੇ ਇਹ ਗੱਲ ਕਹੀ ਸੀ ਜੀ ਕਿ 4 ਮਹੀਨੇ ਦੇ ਵਿੱਚ 5.5 ਲੱਖ ਤੋਂ ਵੱਧ ਲੋਕਾਂ ਨੇ ਇੱਥੋਂ ਦਵਾਈ ਲਈ ਆ, 60,000 ਤੋਂ ਵੱਧ ਲੋਕਾਂ ਨੇ ਆਪਣੇ ਟੈਸਟ ਕਰਵਾਏ ਆ ਇਹਨਾਂ ਆਮ ਆਦਮੀ ਕਲੀਨਿਕਾਂ ਤੋਂ। ਅਤੇ ਹੁਣ ਨਵੀਂ ਜਾਣਕਾਰੀ ਆਈ ਹੈ ਵੀ ਆਹ ਜਿਹੜੀ 26 ਜਨਵਰੀ ਆਉਣੀ ਆ, ਯਾਨੀ ਕਿ 2 ਕੁ ਮਹੀਨਿਆਂ ਬਾਅਦ, ਅਤੇ ਉਦੋਂ ਪੰਜਾਬ ਦੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ 500 ਹੋਰ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾਊਗੀ। ਅਤੇ ਉਹਦੇ ਪਿੱਛੇ ਇੱਕ ਵਧੀਆ ਕਾਰਨ ਮੈਨੂੰ ਇਹ ਵੀ ਲੱਗਾ ਵੀ ਬਹੁਤ ਸਾਰੇ ਲੋਕ ਆ ਜਿਹੜੇ ਉਹ ਆਪਣੀਆਂ ਬਿਲਡਿੰਗਾਂ ਸਰਕਾਰ ਨੂੰ ਦੇ ਰਹੇ ਆ, ਉਹ ਕਹਿ ਰਹੇ ਜੀ ਕਿ ਸਾਡੀ ਆਹ ਬਿਲਡਿੰਗ ਆ ਇਹਦੇ ਵਿੱਚ ਆਮ ਆਦਮੀ ਕਲੀਨਿਕ ਖੋਲ੍ਹ ਲਓ। ਕਿਸੇ ਸੰਸਥਾ ਨੇ ਕੋਈ ਬਿਲਡਿੰਗ ਦੇਣ ਦਾ ਐਲਾਨ ਕਰਤਾ, ਕਿਸੇ ਨੇ ਕੋਈ ਆਪਣੇ ਵੱਲੋਂ ਇਮਾਰਤ ਦੇਤੀ, ਕੋਈ ਬੰਦਾ ਆਪਦਾ ਘਰ ਆ ਜਿਹੜਾ ਉਹ ਦੇ ਰਿਹਾ। ਸੋ ਇਸ ਤਰੀਕੇ ਦੇ ਨਾਲ ਵੀ ਕਈ ਵੇਰਵੇ ਸਾਹਮਣੇ ਆਏ ਆ। ਸੋ ਚੰਗੀ ਗੱਲ ਹੈ ਜੀ, 500 ਹੋਰ ਜੇਕਰ ਖੁੱਲੂਗਾ ਆਮ ਆਦਮੀ ਕਲੀਨਿਕ, ਉਹਦੇ ਨਾਲ ਲੋਕਾਂ ਨੂੰ ਹੋਰ ਸਹੂਲਤ ਮਿਲੂਗੀ, ਦੂਰ ਦੁਰਾਡੀ ਥਾਂ ਦੇ ਉੱਤੇ ਜਾਣ ਦੇ ਨਾਲ ਉਹ ਨੇੜਿਓ ਦਵਾਈ ਮਿਲ ਜਾਇਆ ਕਰੂਗੀ, ਮੁਫ਼ਤ ਦੇ ਵਿੱਚ ਦਵਾਈ ਮਿਲ ਜਾਇਆ ਕਰੂਗੀ। ਪਰ ਗੱਲ ਇਹ ਵੀ ਉੱਥੇ ਦਵਾਈਆਂ ਵੀ ਪੂਰੀਆਂ ਹੋਣੀਆਂ ਚਾਹੀਦੀਆਂ, ਡਾਕਟਰ ਵੀ ਪੂਰੇ, ਨਰਸਾਂ ਵੀ ਪੂਰੀਆਂ ਤੇ ਹੋਰ ਅਮਲਾ ਫੈਲਾ ਵੀ। ਜੀ ਬਿਲਕੁਲ ਸਰ, ਇੱਕ ਬਹੁਤ ਵੱਡੀ ਖਬਰ ਜਿਹੜੀ ਇਸ ਵੇਲੇ ਸਾਰੇ ਪਾਸੇ ਫੈਲ ਗਈ ਹੈ ਜੀ, ਉਹ ਹੈ ਨਾਇਬ ਤਹਿਸੀਲਦਾਰਾਂ ਦੀ ਭਰਤੀ ਦਾ ਮਾਮਲਾ। ਕਹਿੰਦੇ ਨਾਇਬ ਤਹਿਸੀਲਦਾਰਾਂ ਦੀ ਭਰਤੀ ਦਾ ਘਪਲਾ ਜਿਹੜਾ ਉਹਦੀ ਪੋਲ ਖੁੱਲ ਗਈ ਹੈ ਜੀ। ਹਾਂ ਬਿਲਕੁਲ ਜੀ, ਇਹ ਸੱਚੀ ਮੁੱਚੀ ਬਹੁਤ ਵੱਡੀ ਖਬਰ ਆ। ਪਹਿਲੀ ਗੱਲ ਤਾਂ ਇਹ ਜੀ ਕਿ ਪੰਜਾਬ ਦੇ ਵਿੱਚ ਭਰਤੀਆਂ ਹੁੰਦੀਆਂ ਜੀ, ਜੇ ਭਰਤੀਆਂ ਹੁੰਦੀਆਂ ਉਹਦੇ ਵਿੱਚ ਘਪਲਾ ਇੰਨਾ ਵੱਡਾ ਸਾਹਮਣੇ ਆਉਂਦਾ ਵੀ ਬੰਦਾ ਹੈਰਾਨ ਰਹਿ ਜਾਂਦਾ ਵੀ ਹਾਂ ਏਦਾਂ ਵੀ ਹੁੰਦਾ। ਇਹ ਬਹੁਤ ਵੱਡੀ ਘਪਲੇ ਦੀ ਖਬਰ ਸਾਹਮਣੇ ਆਈ ਆ। ਇਸ ਖਬਰ ਦੇ ਵਿੱਚ ਪਤਾ ਲੱਗਾ ਕਿ ਜੋ ਕੁਝ ਸਾਹਮਣੇ ਆਇਆ ਉਹਦੇ 'ਤੇ ਹਰ ਕੋਈ ਅਚੰਭਿਤ ਹੈਗਾ।
ਕਿਉਂਕਿ ਮਈ ਮਹੀਨੇ ਦੇ ਵਿੱਚ ਨਾਇਬ ਤਹਿਸੀਲਦਾਰਾਂ ਦੀ ਭਰਤੀ ਵਾਸਤੇ ਪ੍ਰੀਖਿਆ ਲਈ ਗਈ ਸੀ, ਪੇਪਰ ਹੋਇਆ ਸੀਗਾ। ਹੁਣ ਉਹਦੇ ਵਿੱਚੋਂ 5 ਬੰਦੇ ਪੁਲਿਸ ਨੇ ਗ੍ਰਿਫਤਾਰ ਕੀਤੇ ਆ, ਜਿਹੜੇ ਆਈ ਜੀ ਪਟਿਆਲਾ ਰੇਂਜ ਆ ਮੁਖਵਿੰਦਰ ਸਿੰਘ ਛੀਨਾ ਸਾਹਿਬ ਅਤੇ ਹੋਰ ਜਿਹੜੀਆਂ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ, ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ। ਉਹ ਕਹਿੰਦੇ ਜੀ ਅਸੀਂ 5 ਬੰਦੇ ਫੜੇ ਆ, 5 ਬੰਦਿਆਂ ਦੇ ਵੱਲੋਂ ਦੱਸਿਆ ਗਿਆ ਵੀ ਅਸੀਂ ਕਿਸ ਤਰੀਕੇ ਦੇ ਨਾਲ ਨਕਲਾਂ ਕਰਵਾਈਆਂ। ਜਿਹੜਾ ਆ ਮਈ ਮਹੀਨੇ 'ਚ ਨਾਇਬ ਤਹਿਸੀਲਦਾਰ ਵਾਲਾ ਪੇਪਰ ਹੋਇਆ ਸੀ, ਇਹ ਗਰੋਹ ਜਿਹੜਾ 5 ਜਣਿਆਂ ਦਾ, ਇਹਨਾਂ ਨੇ ਕਿਵੇਂ ਨਕਲ ਕਰਵਾਈ ਸੀ? 22-22 ਲੱਖ ਰੁਪਈਏ ਦੇ ਵਿੱਚ ਇੱਕ ਇੱਕ ਵਿਅਕਤੀ ਨੂੰ ਪੇਪਰ ਕਰਵਾਇਆ ਗਿਆ ਵੀ ਨਾਇਬ ਤਹਿਸੀਲਦਾਰ ਲੱਗਣ ਵਾਸਤੇ ਜਿੰਨੇ ਅੰਕ ਚਾਹੀਦੇ ਆ। ਇਹਨਾਂ ਦੇ ਵੱਲੋਂ ਆਧੁਨਿਕ ਤਰੀਕੇ ਦੇ ਰਾਹੀਂ, ਬਲੂਟੁੱਥ ਦੇ ਰਾਹੀਂ, ਡਿਵਾਈਸ ਦੇ ਰਾਹੀਂ, ਵਾਇਰਲੈਸ ਦੇ ਰਾਹੀਂ ਉਹ ਪੇਪਰ ਕਰਵਾਇਆ ਗਿਆ, ਅਤੇ ਪੇਪਰ ਕਰਵਾਉਣ ਦੇ ਬਦਲੇ ਇੱਕ ਇੱਕ ਬੰਦੇ ਤੋਂ 22-22 ਲੱਖ ਰੁਪਈਆ ਵਸੂਲ ਕੀਤਾ ਗਿਆ। ਹੁਣ ਇਹਨਾਂ 5 ਦੇ ਵੱਲੋਂ ਜਿਨ੍ਹਾਂ ਦੇ ਕੋਲੋਂ ਪੈਸੇ ਲਏ ਗਏ ਆ, ਹੁਣ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਣਾ ਜਿਹੜੇ ਜਿਹੜੇ ਨਾਇਬ ਤਹਿਸੀਲਦਾਰ ਲੱਗਣ ਦੇ ਚਾਹਵਾਨ ਆ। ਸੋ ਪੰਜਾਬ ਦੇ ਵਿੱਚ ਪਹਿਲੀ ਗੱਲ ਭਰਤੀ ਹੁੰਦੀ ਕੋਈ ਨਹੀਂ, ਜੇ ਹੋਵੇ ਤਾਂ ਹੱਕਦਾਰ ਲੋਕਾਂ ਦਾ ਹੱਕ ਕਿਵੇਂ ਮਾਰਿਆ ਜਾਂਦਾ, ਅਤੇ ਇਹ ਲੋਕ ਆ ਕਿਸ ਤਰੀਕੇ ਦੇ ਨਾਲ ਅੱਗੇ ਆਉਂਦੇ ਆ, ਅਤੇ 22-22 ਲੱਖ ਰੁਪਈਆ ਜਿਹੜੇ ਲੋਕ ਦੇ ਸਕਦੇ ਆ, ਅਤੇ ਆਪਾਂ ਸਮਝ ਸਕਦੇ ਵੀ ਉਹ ਕਿਹੜੀ ਹੱਦ ਤੱਕ ਜਾ ਸਕਦੇ ਆ ਨਾਇਬ ਤਹਿਸੀਲਦਾਰ ਲੱਗਣ ਦੇ ਵਾਸਤੇ। ਸੋ ਆਪਣੇ ਆਪ ਦੇ ਵਿੱਚ ਇਹ ਬੜਾ ਵੱਡਾ ਘਪਲਾ, ਆਪਣੇ ਆਪ ਦੇ ਵਿੱਚ ਬੜਾ ਵੱਡਾ ਘੁਟਾਲਾ, ਅਤੇ ਆਮ ਆਦਮੀ ਪਾਰਟੀ ਨੂੰ ਹੁਣ ਵਿਰੋਧੀ ਪਾਰਟੀਆਂ ਨੇ ਘੇਰਨਾ ਸ਼ੁਰੂ ਕਰਤਾ। ਉਹ ਕਹਿੰਦੇ ਜੀ ਤੁਸੀਂ ਤਾਂ ਕਹਿੰਦੇ ਵੀ ਭ੍ਰਿਸ਼ਟਾਚਾਰ ਖਤਮ ਹੋ ਗਿਆ, ਪੰਜਾਬ ਦੇ ਵਿੱਚ ਜ਼ੀਰੋ ਟੋਲਰੈਂਸ ਨੀਤੀ ਕਰਦੇ ਸੀ ਭ੍ਰਿਸ਼ਟਾਚਾਰ ਦੇ ਖਿਲਾਫ, ਅਤੇ ਗੁਜਰਾਤ ਦੇ ਵਿੱਚ ਤੁਸੀਂ ਇਹ ਗੱਲ ਕਹਿੰਦੇ ਜੀ ਕਿ ਪੰਜਾਬ ਦੇ ਵਿੱਚ ਅਸੀਂ ਭ੍ਰਿਸ਼ਟਾਚਾਰ ਮੁਕਾ ਹੀ ਦਿੱਤਾ। ਪਰ ਆਹ ਦੇਖੋ ਜੀ 22-22 ਲੱਖ ਰੁਪਈਆ ਇੱਕ ਇੱਕ ਪੇਪਰ ਦਾ ਮਸਲਾ ਹੱਲ ਕਰਨ ਵਾਸਤੇ ਆ, ਇਹ ਪੇਪਰ ਲੀਕ ਕਿਵੇਂ ਹੋ ਗਿਆ, ਇਹ ਸਾਰਾ ਕੁਝ ਕਿਵੇਂ ਹੁੰਦਾ ਤੁਹਾਡੇ ਰਾਜ ਦੇ ਵਿੱਚ, ਇਹਦੇ ਬਾਰੇ ਦੱਸਿਆ ਜਾਵੇ। ਸੋ ਬੜੇ ਦੁੱਖ ਦੀ ਗੱਲ ਆ, ਅਤੇ ਬੜੀ ਹੈਰਾਨੀ ਵਾਲੀ ਵੀ ਆਹ ਕੁਝ ਇਵੇਂ ਹੋਇਆ। ਵੈਸੇ ਪਹਿਲੀ ਵਾਰ ਨਹੀਂ ਹੋਇਆ, ਬੜਾ ਕੁਝ ਇਸ ਤੋਂ ਪਹਿਲਾਂ ਵੀ ਹੁੰਦਾ ਰਿਹਾ, ਪਰ ਗੱਲ ਇਹ ਵੀ ਪੇਪਰ ਕਦੇ ਲੀਕ ਹੋ ਗਿਆ, ਕਦੇ ਪੈਸੇ ਦੇ ਕੇ ਲੱਗ ਗਏ ਨੌਕਰੀ 'ਤੇ, ਕਦੇ ਇੰਟਰਵਿਊ ਦੇ ਵਿੱਚੋਂ ਨਿਕਲ ਗਏ ਪੈਸੇ ਦੇ ਕੇ, ਕਦੇ ਲਿਖਤੀ ਤੌਰ ਦੇ ਉੱਤੇ ਪੈਸੇ ਦੇ ਕੇ ਨਿਕਲ ਗਏ, ਕਦੇ ਕੋਈ ਬਹਾਨਾ, ਕਦੇ ਕੋਈ ਤਰੀਕਾ, ਕਦੇ ਕੋਈ ਤਰੀਕਾ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਇਹ ਸਾਰਾ ਕੁਝ ਹੋਊਗਾ, ਇਸ ਗੱਲ ਦੀ ਆਸ ਨਹੀਂ ਸੀ। ਪਰ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਇਸ ਮਾਮਲੇ ਦੇ ਉੱਤੇ ਕੋਈ ਵੱਡਾ ਬਿਆਨ ਤਾਂ ਨਹੀਂ ਦਿੱਤਾ ਗਿਆ, ਪਰ ਸੁਖਪਾਲ ਸਿੰਘ ਖਹਿਰਾ ਨੇ ਅਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ, ਉਹਨਾਂ ਨੇ ਕਿਹਾ ਜੀ ਕਿ ਇਸ ਮਾਮਲੇ ਦੀ CBI ਤੋਂ ਪੜਤਾਲ ਕਰਵਾਉਣੀ ਚਾਹੀਦੀ ਹੈ। ਇਹ ਬਹੁਤ ਵੱਡਾ ਘਪਲਾ ਹੋਇਆ, ਇਹ ਪੇਪਰ ਮੁੱਢੋਂ ਰੱਦ ਕਰ ਦੇਣਾ ਚਾਹੀਦਾ, ਦੁਬਾਰਾ ਇਹ ਪੇਪਰ ਹੋਣਾ ਚਾਹੀਦਾ, ਅਤੇ ਜਿਹੜੇ ਜਿਹੜੇ ਲੋਕਾਂ ਦੇ ਜਾਂ ਵੱਡੇ ਆਕਾਵਾਂ ਦੇ ਇਹਦੇ ਵਿੱਚ ਹੱਥ ਮਿਲੇ ਹੋਏ ਆ, ਉਹਨਾਂ ਸਾਰਿਆਂ ਦੇ ਉੱਤੇ ਪਰਚੇ ਦਰਜ ਹੋਣੇ ਚਾਹੀਦੇ ਜੀ। ਜੀ ਬਿਲਕੁਲ ਸਹੀ ਸਰ। ਹੁਣ ਗੱਲ ਕਰਦੇ ਹਾਂ ਜੀ ਅੰਮ੍ਰਿਤਸਰ ਦੀ। ਅੰਮ੍ਰਿਤਸਰ 'ਚ ਭੰਡਾਰੀ ਪੁਲ ਦੇ ਉੱਪਰ ਕਿਸਾਨਾਂ ਦੇ ਵੱਲੋਂ ਚੱਕਾ ਜਾਮ ਕੀਤਾ ਗਿਆ ਜੀ। ਹਾਂ ਬਿਲਕੁਲ ਜੀ, ਅੰਮ੍ਰਿਤਸਰ ਦੇ ਵਿੱਚ ਭੰਡਾਰੀ ਪੁਲ ਦੇ ਉੱਤੇ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ, ਅਤੇ ਇਹ ਵੀ ਇੱਕ ਵੱਡੀ ਖਬਰ ਆ, ਕਿਉਂਕਿ ਦੁਖਦਾਈ ਖਬਰ ਆ ਇਹ, ਕਿਉਂਕਿ ਭੰਡਾਰੀ ਪੁਲ ਦੇ ਉੱਤੇ ਧਰਨਾ ਲਾਇਆ, ਅਸੀਂ ਚਾਹੁੰਦੇ ਜੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਣ, ਪਰ ਆਪਾਂ ਤੀਜੇ ਕੁ ਦਿਨ ਕਿਤੇ ਨਾ ਕਿਤੇ ਸੜਕ ਦੇ ਵਿਚਾਲੇ ਆ ਕੇ ਜਦੋਂ ਬੈਠ ਜਾਂਦੇ ਹਾਂ ਤਾਂ ਲੋਕਾਂ ਦੇ ਨੱਪੋ ਬੁੱਲੋਂ ਵੀ ਲੱਥਦੇ ਹਾਂ, ਇਸ ਗੱਲ ਨੂੰ ਭੁੱਲਣਾ ਨਹੀਂ ਚਾਹੀਦਾ। ਜਦੋਂ ਬਾਰਡਰਾਂ ਦੇ ਉੱਤੇ ਸਾਲ ਤੋਂ ਉੱਤੇ ਕਿਸਾਨ ਬੈਠੇ ਰਹੇ ਆ, ਤਾਂ ਦੁਨੀਆ ਭਰ ਦੇ ਹਰ ਵਿਅਕਤੀ ਦੇ ਵੱਲੋਂ ਸਮਰਥਨ ਕੀਤਾ ਗਿਆ, ਪਰ ਉਸ ਤੋਂ ਬਾਅਦ ਇੱਕ ਟ੍ਰੈਂਡ ਵੀ ਐਸਾ ਚੱਲਿਆ ਵੀ ਮੰਨ ਲਓ ਮੇਰੀ ਨੂੰ ਕੋਈ ਮੰਗ ਮੰਨਦਾ ਅਤੇ ਮੈਂ ਸੜਕ ਦੇ ਵਿਚਾਲੇ ਬੈਠ ਜਾਂਦਾ, ਤੁਹਾਡੀ ਨੂੰ ਕੋਈ ਮੰਨਦਾ ਤੁਸੀਂ ਸੜਕ ਦੇ ਵਿਚਾਲੇ ਬੈਠ ਜਾਂਦੇ ਆ। ਸੋ ਆਹ ਕੁਝ ਵੀ ਚੱਲਿਆ, ਅਤੇ ਆਹ ਕੁਝ ਐਸਾ ਚੱਲਿਆ ਜਿਹਦੇ ਕਰਕੇ ਲੋਕ ਅੱਕ ਗਏ ਆ, ਲੋਕ ਧਰਨਾ ਲਾਉਣ ਵਾਲੇ ਲੋਕਾਂ ਦੇ ਖਿਲਾਫ ਹੋ ਗਏ ਆ। ਲੋਕ ਇਹ ਗੱਲ ਕਹਿੰਦੇ ਵੀ ਮੰਗ ਤੁਹਾਡੀ ਸਰਕਾਰ ਨਹੀਂ ਮੰਨਦੀ, ਅਤੇ ਬਹਿ ਜਾਂਦੇ ਤੁਸੀਂ ਸੜਕ ਦੇ ਵਿਚਾਲੇ, ਅਤੇ ਲੋਕਾਂ ਨੂੰ ਖੱਜਲ ਕਰਕੇ ਤੁਸੀਂ ਸਰਕਾਰ ਤੋਂ ਆਪਦੀਆਂ ਮੰਗਾਂ ਮਨਵਾਉਂਦੇ, ਲੋਕਾਂ ਦਾ ਕਸੂਰ ਕੀ ਆ? ਕੋਈ ਐਂਬੂਲੈਂਸ ਦੇ ਵਿੱਚ ਬੈਠਾ ਉਹ ਫਸ ਜਾਂਦਾ, ਉਹਦੀ ਮੌਤ ਹੋ ਜਾਂਦੀ ਆ, ਕਿਸੇ ਦਾ ਪੇਪਰ ਦੇਣ ਵਾਲਾ ਰਹਿ ਜਾਂਦਾ, ਕਿਸੇ ਦੀ ਫਲਾਈਟ ਛੁੱਟ ਜਾਂਦੀ ਆ, ਕਿਸੇ ਦਾ ਕੋਈ ਹੋਰ ਮਹੱਤਵਪੂਰਨ ਕੰਮ ਰਹਿ ਜਾਂਦਾ, ਲੱਖਾਂ ਕਰੋੜਾਂ ਰੁਪਈਏ ਦਾ ਡੀਜ਼ਲ ਪੈਟਰੋਲ ਜਿਹੜਾ ਵੇਸਟ ਦੇ ਵਿੱਚ ਜਾਂਦਾ। ਜੇ ਅਗਲੀ ਗੱਲ ਕਰਕੇ ਵੀ ਕਿੰਨੇ ਲੱਖਾਂ ਲੋਕਾਂ ਦੇ ਘੰਟੇ ਬਰਬਾਦ ਹੁੰਦੇ ਆ, ਵੀ ਕੋਈ ਉੱਧਰ ਖੜਾ ਕੋਈ ਉੱਧਰ ਖੜਾ, ਵੀ ਸਾਰਾ ਕੁਝ ਅਸਤ ਵਿਅਸਤ ਹੋ ਜਾਂਦਾ। ਹੁਣ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਆ ਜਿਹੜੀ, ਉਹਦੇ ਵੱਲੋਂ ਕੱਲ੍ਹ ਭੰਡਾਰੀ ਪੁਲ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਧਰਨਾ ਦਿੱਤਾ ਗਿਆ। ਉਹਨਾਂ ਨੇ ਕਿਹਾ ਜੀ ਕਿ ਜ਼ਮੀਨਾਂ ਅਕਵਾਇਰ ਦਾ ਸਹੀ ਭਾਅ ਨਹੀਂ ਮਿਲ ਰਿਹਾ, ਅਤੇ ਸਰਕਾਰ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰਦੀ, ਇਹਦੇ ਕਰਕੇ ਭੰਡਾਰੀ ਪੁਲ 'ਤੇ ਜਾਮ ਲਾਤਾ। ਪਰ ਕੱਲ੍ਹ ਕਿਤੇ ਲੋਕਾਂ ਦਾ ਉੱਥੇ ਕੁਰਬਲ ਕੁਰਬਲ ਕੱਟ ਸੀਗਾ, ਕੱਲ੍ਹ ਕਿਤੇ ਐਂਬੂਲੈਂਸਾਂ ਫਸੀਆਂ ਸੀ ਕੱਟ ਦੇ ਵਿੱਚ, ਅਤੇ ਲੋਕਾਂ ਨੇ ਕਿਸਾਨਾਂ ਨੂੰ ਮਾੜਾ ਚੰਗਾ ਵੀ ਬਹੁਤ ਕਿਹਾ। ਲੋਕਾਂ ਨੇ ਗੱਲ ਕਹੀ ਵੀ ਮੂੰਹ ਚੱਕ ਕੇ ਜਿੱਥੇ ਮਰਜ਼ੀ ਬੈਠ ਜਾਂਦੇ ਆ, ਆਮ ਲੋਕਾਂ ਦਾ ਕਸੂਰ ਕੀ ਹੈ ਦੱਸੋ? ਪਹਿਲਾਂ ਤੁਸੀਂ ਜਾਓ DC ਦਫ਼ਤਰ ਦੇ ਮੂਹਰੇ ਬਹਿ ਜਾਓ, ਤੁਸੀਂ ਜਾਓ ਮੰਤਰੀ ਦੇ ਘਰ ਦੇ ਮੂਹਰੇ ਬਹਿ ਜਾਓ, ਤੁਹਾਨੂੰ ਰੋਕਿਆ ਕਿਹਨੇ ਆ? ਪਰ ਆਪਾਂ ਆਵਾਜਾਈ ਦੇ ਵਿੱਚ ਵਿਘਨ ਖੜੀ ਗੱਲੋਂ ਪਾਉਂਦੇ ਹਾਂ, ਅਤੇ ਇਹ ਭਾਰਤ ਦੇ ਵਿੱਚ ਇੱਕ ਨਵਾਂ ਹੀ ਕੰਮ ਚੱਲਿਆ, ਖਾਸ ਕਰਕੇ ਪੰਜਾਬ ਦੇ ਵਿੱਚ,
ਜੇ ਮੰਨ ਲਓ ਕਿਸੇ ਦੀ ਧਾਰਮਿਕ ਭਾਵਨਾ ਭੜਕੀ ਆ, ਸੜਕ ਦੇ ਵਿਚਾਲੇ ਬਹਿ ਜਾਓ। ਜੇ ਦੋ ਜਣੇ ਲੜ ਪਏ ਆ, ਇੱਕ ਜਣੇ ਨੂੰ ਇਨਸਾਫ਼ ਚਾਹੀਦਾ, ਸੜਕ ਦੇ ਵਿਚਾਲੇ ਬਹਿ ਜਾਓ। ਜੇ ਕਿਸੇ ਦੇ ਨਾਲ ਕੁਝ ਹੋਰ ਵਾਪਰ ਜਾਂਦਾ ਕੋਈ, ਉਹ ਕਹਿੰਦਾ ਸੜਕ ਦੇ ਵਿਚਾਲੇ ਬਹਿ ਜਾਓ। ਸੋ ਇਹ ਹੈ ਜੀ ਕਿ ਸੜਕ ਦੇ ਵਿਚਾਲੇ ਬੇਲੋੜਾ ਵੀ ਨਹੀਂ ਬਹਿਣਾ ਚਾਹੀਦਾ। ਸਰਕਾਰਾਂ ਸਾਰੀਆਂ ਮੰਗਾਂ ਦੇ ਵੱਲ ਗੌਰ ਕਰਨ, ਆਮ ਲੋਕਾਂ ਦੇ ਵੱਲ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਜਿਹੜੀ ਇਹ ਧਰਨੇ ਧਰਨੇ ਦੀ ਖੇਡ ਆ, ਇਹਦੇ ਕਰਕੇ ਲੋਕ ਹੁਣ ਉਕਤਾ ਗਏ ਆ, ਤੇ ਲੋਕ ਆਉਂਦੇ ਸਮੇਂ ਦੇ ਵਿੱਚ ਬਹੁਤ ਖਿਲਾਫ਼ ਹੋਣਗੇ। ਜਦੋਂ ਅਸੀਂ ਧਰਨਾ ਲਾ ਕੇ ਬਹਿ ਜਾਂਦੇ ਹਾਂ, ਤਾਂ ਇਹ ਸੋਚਣਾ ਚਾਹੀਦਾ ਜੀ ਕਿ ਲੋਕ ਹੁਣ ਸਾਡੇ ਨਾਲੋਂ ਟੁੱਟਦੇ ਆ, ਸਾਡੇ ਨਾਲੋਂ ਜੁੜਦੇ ਨਹੀਂ। ਲੋਕ ਇਹ ਗੱਲ ਕਹਿੰਦੇ ਵੀ ਯਾਰ ਇਹਨਾਂ ਦਾ ਕੰਮ ਹੀ ਇਹ ਆ, ਇਹਨਾਂ ਨੂੰ ਕੁਝ ਹੋਰ ਸੁੱਝਦਾ ਹੀ ਨੀਗਾ, ਸਾਡੀਆਂ ਮਜਬੂਰੀਆਂ ਦਾ ਖਿਆਲ ਹੀ ਨਹੀਂ ਕਰਦੇ ਗੇ। ਵੀ ਆਪਦੀਆਂ ਗੱਲਾਂ ਦੇ ਬਾਰੇ ਖਿਆਲ ਆ, ਤੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਯੋਗਤਾ ਹੈ ਨੀਗੀ। ਜੀ ਬਿਲਕੁਲ ਸਰ। ਹੁਣ ਗੱਲ ਕਰਦੇ ਹਾਂ ਜੀ ਪੁਰਾਣੀ ਪੈਨਸ਼ਨ ਸਕੀਮ ਦੀ। ਕਹਿੰਦੇ ਪੁਰਾਣੀ ਪੈਨਸ਼ਨ ਸਕੀਮ ਚਾਲੂ ਕਰਨੀ ਸਰਕਾਰ ਦੇ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਬਿਲਕੁਲ ਜੀ, ਪੁਰਾਣੀ ਪੈਨਸ਼ਨ ਸਕੀਮ ਚਾਲੂ ਕਰਨੀ ਬਹੁਤ ਵੱਡੀ ਜਿਹੜੀ ਚੁਣੌਤੀ ਬਣੀ ਹੈ। ਉਹਦਾ ਕਾਰਨ ਇਹ ਹੈ ਵੀ ਪੁਰਾਣੀ ਪੈਨਸ਼ਨ ਸਕੀਮ ਆ ਜਿਹੜੀ, ਉਹਦੇ ਬਾਰੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਐਲਾਨ ਤਾਂ ਕਰਤਾ ਕਾਹਲੀ ਕਾਹਲੀ ਵੀ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਆ ਇਹਨੂੰ ਬਹਾਲ ਕੀਤਾ ਜਾਊਗਾ। ਪਰ ਇਹ ਕਦੋਂ ਕੀਤਾ ਜਾਊਗਾ, ਇਹ ਉਦੋਂ ਵੀ ਸਵਾਲ ਸੀ, ਇਹ ਅੱਜ ਵੀ ਸਵਾਲ ਆ। ਇਹ ਗੱਲ ਆ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਵਾਲੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਹੀ ਸੀ, ਪਰ ਜਦੋਂ 7 ਮਹੀਨੇ ਹੋ ਗਏ ਤੇ ਇਹ ਸਕੀਮ ਬਹਾਲ ਨਾ ਹੋਈ, ਤੇ ਉਧਰ ਹਿਮਾਚਲ ਦੇ ਵਿੱਚ ਜਾ ਕੇ ਕਹਿਣਾ ਸ਼ੁਰੂ ਕਰਤਾ ਆਪ ਆਗੂਆਂ ਨੇ ਕਿ ਸਾਨੂੰ ਇੱਕ ਵਾਰੀ ਮੌਕਾ ਦਿਓ, ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿਆਂਗੇ। ਤਾਂ ਪੰਜਾਬ ਦੇ ਮੁਲਾਜ਼ਮਾਂ ਨੇ ਗੱਲ ਕਹੀ ਸੀ ਕਿ ਅਸੀਂ ਸ਼ਿਮਲੇ ਦੇ ਵਿੱਚ ਜਾ ਕੇ ਪੋਲ ਖੋਲ ਰੈਲੀ ਕਰਾਂਗੇ, ਵੀ ਸਾਨੂੰ ਵੀ ਆਹ ਗੱਲ ਕਹਿ ਕੇ ਸੱਤਾ ਦੇ ਵਿੱਚ ਆਏ ਆ, ਹੁਣ ਤੁਹਾਨੂੰ ਵੀ ਇਹੀ ਗੱਲ ਕਹਿੰਦੇ ਆ। ਕਾਹਲੀ ਕਾਹਲੀ ਸਰਕਾਰ ਨੇ ਦੀਵਾਲੀ ਤੋਂ ਇੱਕ ਦੋ ਦਿਨ ਪਹਿਲਾਂ ਤੇ ਇਹ ਐਲਾਨ ਕਰਤਾ, ਕਹਿੰਦੇ ਜੀ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ, ਉਹਦਾ ਐਲਾਨ ਕਰਦੇ ਹਾਂ। ਪਰ ਮਨ ਦੇ ਵਿੱਚ ਮੇਰੇ ਉਹਦੇ ਵੀ ਸਵਾਲ ਸੀ ਵੀ ਐਲਾਨ ਕਰਦੇ ਹਾਂ ਤੇ ਐਲਾਨ ਹੋ ਗਿਆ, ਇਹ ਤਾਂ ਦੋ ਵੱਖੋ ਵੱਖਰੀਆਂ ਗੱਲਾਂ। ਪਰ ਹਾਲੇ ਤੱਕ ਇਸ ਗੱਲ ਦਾ ਪਤਾ ਨਹੀਂ ਵੀ ਇਹ ਸਕੀਮ ਪ੍ਰੈਕਟੀਕਲ ਤੌਰ ਤੇ ਲਾਗੂ ਕਦੋਂ ਹੋਣੀ ਹੈ। ਆ ਮੈਂ ਇੱਕ ਵੇਰਵਾ ਪੜ੍ਹ ਕੇ ਹਟਿਆ, ਸੂਬੇ ਦੀ ਸਰਕਾਰ ਦੇ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ, ਉਹਦੇ ਲਈ ਆਪਾਂ ਵਿਆਜ ਵੀ ਦਿੰਦੇ ਹਾਂ। ਪਰ ਜੇ ਮੰਨ ਲਓ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਦੇ ਹਾਂ, ਉਹ ਤਾਂ ਬਹੁਤ ਵੱਡਾ ਵਿੱਤੀ ਬੋਝ ਬਣਦਾ, ਕਿਉਂਕਿ ਜਦੋਂ ਵੀ ਕੋਈ ਮੁਲਾਜ਼ਮ 58 ਦਾ ਹੁੰਦਾ ਤੇ ਉਹਨੂੰ ਪੈਨਸ਼ਨ ਦੇਣੀ ਸਾਰੀ ਉਹਦੀ ਬਣਦੀ, ਇਹ ਤਾਂ ਸੂਬੇ ਦੀ ਸਰਕਾਰ ਦੇ ਸਿਰ ਬਹੁਤ ਵੱਡਾ ਵਿੱਤੀ ਬੋਝ ਬਣੂਗਾ। ਇਸ ਕਰਕੇ ਇਹ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਆ, ਇਹ ਛੇਤੀ ਲਾਗੂ ਨਹੀਂ ਹੋਣੀ। ਜੇ ਆਪਾਂ ਕਹਿ ਦਈਏ ਵੀ 6 ਮਹੀਨਿਆਂ ਦੇ ਵਿੱਚ ਲਾਗੂ ਹੋਜੂਗੀ, ਇਹ ਪ੍ਰੈਕਟੀਕਲ ਤੌਰ ਦੇ ਉੱਤੇ 2 ਸਾਲਾਂ 'ਚ ਲਾਗੂ ਹੋਜੂਗੀ, ਇਹ ਹਾਲ ਦੀ ਘੜੀ ਪ੍ਰਤੀਤ ਨਹੀਂ ਹੁੰਦਾ। ਮੰਨਿਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਕੁਝ ਕੁ ਨੇਤਾਵਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਭਰੋਸੇਯੋਗ ਸੂਤਰਾਂ ਨੂੰ ਕਿ ਜੀ ਹੋ ਸਕਦਾ ਕਿ ਅਗਲੀਆਂ ਚੋਣਾਂ ਤੱਕ ਇਹ ਗੱਲ ਅੱਗੇ ਲੈ ਜਾਏਗੀ, ਕਿਉਂਕਿ ਪੰਜਾਬ ਦੇ ਵਿੱਚ ਵਿੱਤੀ ਹਾਲਾਤ ਚੰਗੇ ਨਹੀਂ ਹੈਗੇ। ਤੁਸੀਂ ਦੇਖੋ ਜੇ ਅੱਜ ਅਸੀਂ ਵਿੱਤ ਮੰਤਰੀ ਨੂੰ ਪੁੱਛਦੇ ਹਾਂ ਵੀ ਪੰਜਾਬ ਦੇ ਵਿੱਚ ਜੀ ਕਦੋਂ ਔਰਤਾਂ ਨੂੰ ਹਜ਼ਾਰਾਂ ਹਜ਼ਾਰ ਰੁਪਇਆ ਮਹੀਨਾ ਮਿਲੂਗਾ, ਉਹ ਇੱਕੋ ਗੱਲ ਕਹਿੰਦੇ ਆ ਵੀ ਜਦੋਂ ਹੱਥ ਥੋੜ੍ਹਾ ਜਿਹਾ ਖੁੱਲ੍ਹ ਗਿਆ, ਜਦੋਂ ਥੋੜ੍ਹੇ ਜਿਹੇ ਪੈਸੇ ਆਏ, ਨਾਲ ਦੀ ਨਾਲ ਹੀ ਆਪਾਂ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਇਆ ਦੇ ਦੇਣਾ। ਉਵੇਂ ਹੀ ਜੇਕਰ ਉਹ ਪੈਸੇ ਦੇਣ ਦੇ ਲਈ ਹੈ ਨਹੀਂ ਗੇ ਆਪਣੇ ਕੋਲੇ, ਤਾਂ ਆਪਣੇ ਕੋਲੇ ਪੁਰਾਣੀ ਪੈਨਸ਼ਨ ਸਕੀਮ ਦੇ ਪੈਸੇ ਦੇਣ ਵਾਸਤੇ ਕਿਵੇਂ ਹੋਊਗਾ ਸਾਰਾ ਕੁਝ ਸਰਮਾਇਆ। ਸੋ ਇਸ ਕਰਕੇ ਮੰਨਿਆ ਹੀ ਜਾ ਰਿਹਾ ਵੀ ਇਹ ਸਕੀਮ ਇੰਨੀ ਜਲਦੀ ਪ੍ਰੈਕਟੀਕਲ ਤੌਰ ਦੇ ਉੱਤੇ ਲਾਗੂ ਨਹੀਂ ਹੋਣੀ, ਪਰ ਹੈ ਇਹ ਬਹੁਤ ਵੱਡਾ ਮਸਲਾ, ਕਿਉਂਕਿ ਕੇਂਦਰ ਦੀ ਸਰਕਾਰ ਨੇ ਕੁਝ ਵਾਰੇ ਪਹਿਲਾਂ ਇਹ ਗੱਲ ਕਹਿਤੀ ਸੀ ਵੀ ਇਹ ਸੂਬਿਆਂ ਦੀਆਂ ਸਰਕਾਰਾਂ ਦੀ ਆਪਣੀ ਮਰਜ਼ੀ ਆ, ਉਹਨਾਂ ਨੇ ਪੁਰਾਣੀ ਪੈਨਸ਼ਨ ਸਕੀਮ ਦੇਣੀ ਆ ਜਾਂ ਨਹੀਂ ਦੇਣੀ, ਤੇ ਚੋਣਾਂ ਦੇ ਮੱਦੇਨਜ਼ਰ ਪਾਰਟੀਆਂ ਵਾਅਦਾ ਕਰ ਲੈਂਦੀਆਂ ਵੀ ਸਾਨੂੰ ਮੌਕਾ ਮਿਲੇ ਤੇ ਅਸੀਂ ਇਹ ਲਾਗੂ ਕਰ ਦਿਆਂਗੇ, ਅਸੀਂ ਲੋਕ ਪੱਖੀ ਆ, ਪਰ ਪੈਸੇ ਹੁੰਦੇ ਨੀਗੇ, ਇਸ ਕਰਕੇ ਲੋਕ ਠੱਗੇ ਜਾਂਦੇ ਆ। ਹੁਣ ਵੀ ਹਿਮਾਚਲ ਦੇ ਵਿੱਚ ਇਹੀ ਗੱਲ ਚੱਲੀ ਸੀ, ਆਮ ਆਦਮੀ ਪਾਰਟੀ ਗੁਜਰਾਤ ਦੇ ਵਿੱਚ ਵੀ ਇਹੀ ਗੱਲ ਕਹਿ ਰਹੀ ਹੈ, ਪਰ ਪੈਸੇ ਕਿੱਥੋਂ ਆਉਣਗੇ, ਸਵਾਲਾਂ ਦਾ ਸਵਾਲ ਇਹ ਹੈ ਜੀ। ਜੀ ਬਿਲਕੁਲ ਸਰ, ਆਪਾਂ ਅੱਗੇ ਵੀ ਬਹੁਤ ਵਾਰ ਸਾਡੇ ਵਾਲਾ ਰੇਡੀਓ ਦੇ ਉੱਪਰ ਠੱਗੀਆਂ ਦੀ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਲੋਕਾਂ ਦੇ ਨਾਲ ਠੱਗੀਆਂ ਵੱਜ ਰਹੀਆਂ, ਕੋਈ ਵਿਦੇਸ਼ਾਂ ਤੋਂ ਫੋਨ ਆਉਂਦੇ ਨੇ, ਰਿਸ਼ਤੇਦਾਰ ਆਪਣੇ ਆਪ ਨੂੰ ਦੱਸ ਕੇ ਤੇ ਫਿਰ ਠੱਗੀ ਮਾਰ ਲੈਂਦੇ ਨੇ। ਉਵੇਂ ਦੀ ਖਬਰ ਹੋਰ ਆਈ ਹੈ ਜੀ, ਕਹਿੰਦੇ ਕੈਨੇਡਾ ਰਹਿੰਦੇ ਭਤੀਜੇ ਦੇ ਭੁਲੇਖੇ ਡੀਸੀ ਨੇ ਹੀ ਟ੍ਰਾਂਸਫਰ ਕਰ ਦਿੱਤੇ ਨੇ ਜੀ ਪੈਸੇ, ਕਿੱਥੋਂ ਦੇ ਡੀਸੀ ਸਾਹਿਬ ਨੇ? ਦੇਖੋ ਸਾਬਕਾ ਡੀਸੀ ਸਾਹਿਬ ਆ, ਉਹਨਾਂ ਦੇ ਨਾਲ ਇਹ ਸਾਰਾ ਕੁਝ ਹੋਇਆ ਵਾਪਰਿਆ। ਪੰਜਾਬ ਦੇ ਇੱਕ ਸਾਬਕਾ ਡੀਸੀ ਸਾਹਿਬ ਆ ਜਿਹੜੇ, ਉਹਨਾਂ ਨੂੰ ਉਹਨਾਂ ਦੇ ਭਤੀਜੇ ਦਾ ਨਾਂ ਲੈ ਕੇ ਇੱਕ ਵਿਅਕਤੀ ਨੇ ਫੋਨ ਕੀਤਾ ਬਾਹਰੋਂ ਕੈਨੇਡਾ ਤੋਂ। ਵੈਸੇ ਵੀ ਉਹਨਾਂ ਦਾ ਭਤੀਜਾ ਬਾਹਰ ਗਿਆ ਹੋਇਆ ਕੈਨੇਡਾ ਦੇ ਵਿੱਚ, ਪਰ ਡੀਸੀ ਸਾਹਿਬ ਟਪਲਾ ਖਾ ਗਏ ਵੀ ਅਸਲੀ ਭਤੀਜੇ ਦੀ ਥਾਂ ਦੇ ਉੱਤੇ ਨਕਲੀ ਭਤੀਜੇ ਨੂੰ ਪਰਖ ਨਹੀਂ ਸਕੇ, ਪਛਾਣ ਨਹੀਂ ਸਕੇ। ਉਹ ਜਿਹੜਾ ਭਤੀਜਾ, ਉਹ ਕਹਿੰਦਾ ਜੀ ਕਿ ਚਾਚਾ ਜੀ, ਮੇਰੇ ਨਾ ਇੱਕ ਬਹੁਤ ਪਿਆਰਾ ਦੋਸਤ ਆ ਜਿਹਨੇ ਮੇਰੀ ਕੈਨੇਡਾ ਦੇ ਵਿੱਚ ਬਹੁਤ ਮਦਦ ਕੀਤੀ ਆ, ਉਹਦੀ ਇੰਡੀਆ ਦੇ ਵਿੱਚ ਮਾਂ ਬਹੁਤ ਬਿਮਾਰ ਆ ਅਤੇ ਉਹਨੂੰ ਪੈਸਿਆਂ ਦੀ ਲੋੜ ਆ, ਆਹ ਉਹਦਾ ਅਕਾਊਂਟ ਨੰਬਰ ਆ, ਤੁਸੀਂ ਇਹਦੇ ਖਾਤੇ ਦੇ ਵਿੱਚ 3-3.5 ਲੱਖ ਰੁਪਇਆ ਪਾ ਦਿਓ ਅਤੇ ਮੈਂ ਤੁਹਾਡੇ ਖਾਤੇ ਦੇ ਵਿੱਚ 5.5 ਲੱਖ ਰੁਪਇਆ ਹੁਣ ਪਾਉਣ ਲੱਗਾ। ਲਓ ਜੀ, 5 ਮਿੰਟਾਂ ਬਾਅਦ ਉਹਨੇ ਇੱਕ ਸਲਿੱਪ ਬਣਾ ਕੇ ਅਤੇ ਚਾਚੇ ਦੇ ਵਟਸਐਪ ਦੇ ਉੱਤੇ ਭੇਜਤੀ
ਵੀ ਆਹ ਲਓ ਜੀ ਮੈਂ ਬੈਂਕ ਦੇ ਵਿੱਚ ਜਾ ਕੇ ਪੈਸੇ ਤੁਹਾਡੇ ਖਾਤੇ 'ਚ ਪਵਾਏ ਆ। ਹੁਣ ਜਦੋਂ ਖਾਤੇ 'ਚ ਪੈਸੇ ਪਵਾਏ ਆ, ਘੰਟਾ 2 ਘੰਟੇ 3 ਘੰਟਿਆਂ ਬਾਅਦ ਤੁਹਾਡੇ ਖਾਤੇ ਦੇ ਵਿੱਚ ਆਉਂਦੇ ਜਾਂ ਅਗਲੇ ਦਿਨ ਖਾਤੇ ਦੇ ਵਿੱਚ ਆਉਂਦੇ ਆ, ਉਹਨੇ ਚਾਚੇ ਨੂੰ ਭਰੋਸੇ ਦੇ ਵਿੱਚ ਲੈ ਲਿਆ ਵੀ ਮੈਂ ਤਾਂ ਤੁਹਾਡੇ ਖਾਤੇ 'ਚ ਪਵਾ ਹੀ ਆਇਆ, ਤੁਹਾਨੂੰ ਸਲਿੱਪ ਭੇਜਤੀ ਆ, ਤੁਸੀਂ ਹੁਣ ਇਸ ਖਾਤੇ ਦੇ ਵਿੱਚ ਪੈਸੇ ਪਾ ਦਿਓ, ਲੋੜ ਹੋਣੀ ਆ, ਐਮਰਜੈਂਸੀ ਇੰਨੀ ਆ, ਮੇਰੇ ਦੋਸਤ ਦੀ ਮਾਤਾ ਦੀ ਜ਼ਿੰਦਗੀ ਦਾ ਸਵਾਲ ਆ। ਚਾਚਾ ਗੱਲਾਂ ਦੇ ਵਿੱਚ ਆ ਗਿਆ ਵੀ ਚਲੋ ਆ ਹੀ ਜਾਣੇ ਆ, ਅੱਜ ਨਹੀਂ ਤਾਂ ਘੰਟਾ ਠਹਿਰ ਕੇ ਸਹੀ, ਹੁਣ ਨਹੀਂ ਤਾਂ ਕੱਲ੍ਹ ਨੂੰ ਸਹੀ। ਜਦੋਂ ਮੁੰਡੇ ਨੇ ਭਤੀਜੇ ਨੇ ਸਲਿੱਪ ਹੀ ਭੇਜਤੀ ਆ, ਉਹਨਾਂ ਨੇ ਪੈਸੇ ਉਸ ਖਾਤੇ ਦੇ ਵਿੱਚ ਪਾਤੇ ਜਿਹੜੇ ਭਤੀਜੇ ਦੇ ਵੱਲੋਂ ਖਾਤਾ ਨੰਬਰ ਦਿੱਤਾ ਗਿਆ ਸੀਗਾ। ਜਦੋਂ ਪੈਸੇ ਪਾਤੇ ਉਹਨੇ ਦੁਬਾਰਾ ਫਿਰ ਫੋਨ ਕੀਤਾ ਵੀ ਥੋੜ੍ਹੇ ਜਿਹੇ ਹੋਰ ਪਾਓ। ਲਓ ਜੀ ਹੁਣ ਚਾਚੇ ਦਾ ਮੱਥਾ ਠਣਕਿਆ, ਉਹਨੇ ਵੀਡੀਓ ਕਾਲ ਕੀਤੀ ਵੀ ਮੈਂ ਦੇਖਾਂ ਭਤੀਜੇ ਦਾ ਚਿਹਰਾ। ਲਓ ਜੀ ਉਹਨਾਂ ਨੇ ਵੀਡੀਓ ਕਾਲ ਚੱਕਣੀ ਬੰਦ ਕਰਤੀ, ਫੋਨ ਬੰਦ ਕਰਤਾ। ਮਤਲਬ ਇਹ ਵੀ ਚਾਚੇ ਨੂੰ ਹੁਣ ਪਤਾ ਲੱਗਾ ਜੀ ਕਿ ਉਹ ਠੱਗਿਆ ਗਿਆ। ਉਸ ਤੋਂ ਬਾਅਦ ਡੀ ਸੀ ਸਾਹਿਬ ਆ ਜਿਹੜੇ, ਉਹਨਾਂ ਨੇ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਆ, ਪੁਲਿਸ ਦੇ ਵੱਲੋਂ ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ। ਹੁਣ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਵੀ ਉਹ ਕਿੱਥੋਂ ਦੇ ਲੋਕ ਆ ਜਿਹੜੇ ਕਿ ਇਸ ਤਰੀਕੇ ਨਾਲ ਠੱਗੀਆਂ ਮਾਰ ਰਹੇ ਆ ਸਾਈਬਰ ਸੈੱਲ ਦੀ ਮਦਦ ਦੇ ਨਾਲ। ਸੋ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਆਹ ਕੁਝ ਆਮ ਹੋ ਰਿਹਾ। ਕਦੇ ਬੈਂਕਾਂ ਦੇ ਵਿੱਚੋਂ ਫੋਨ ਆ ਜਾਂਦਾ ਵੀ ਭਾਈ ਅਸੀਂ ਫਲਾਣੀ ਬੈਂਕ ਤੋਂ ਬੋਲਦੇ, ਤੁਹਾਨੂੰ ਇੱਕ ਓ ਟੀ ਪੀ ਆਇਆ ਹੋਣਾ ਉਹ ਦੱਸਿਓ। ਕਦੇ ਆ ਜਾਂਦਾ ਜੀ ਕਿ ਕੌਣ ਬਣੇਗਾ ਕਰੋੜਪਤੀ ਤੋਂ ਬੋਲਦੇ ਆ ਜੀ, ਤੁਸੀਂ ਇੱਥੇ ਸਾਡੇ 'ਚ ਹਿੱਸਾ ਲਓ, 25 ਲੱਖ ਰੁਪਇਆ ਮਿਲੂਗਾ। ਕਦੇ ਆਹ ਫੋਨ ਆ ਜਾਂਦਾ ਜੀ ਕਿ ਮੈਂ ਬਾਹਰੋਂ ਬੋਲਦਾ ਤੁਹਾਡਾ ਰਿਸ਼ਤੇਦਾਰ, ਅਤੇ ਮੈਨੂੰ ਜੀ ਪੁਲਿਸ ਨੇ ਫੜ ਲਿਆ ਅਤੇ ਮੇਰੀ ਛੇਤੀ ਛੇਤੀ ਮਦਦ ਕਰਿਓ, ਨਹੀਂ ਮੈਨੂੰ ਅੰਦਰ ਕਰ ਦੇਣਗੇ। ਸੋ ਇਹ ਠੱਗੀਆਂ ਦੇ ਨਵੇਂ ਨਵੇਂ ਤਰੀਕੇ ਲੱਭੇ ਆ। ਬੰਦਾ ਆਪਦਾ ਬਚਾਅ ਆਪ ਰੱਖੇ, ਕੋਈ ਪਤਾ ਨਹੀਂ ਕਿਹੜਾ ਹੱਥ 'ਤੇ ਹੱਥ ਮਾਰਦਾ ਫਿਰਦਾ ਹੋਵੇ ਜੀ। ਜੀ ਬਿਲਕੁਲ ਸਰ, ਅਮਿਤ ਸ਼ਾਹ ਹੋਰਾਂ ਦੀ ਗੱਲ ਕਰਦੇ ਆ, ਉਹਨਾਂ ਨੇ ਦਾਅਵਾ ਕੀਤਾ ਕਹਿੰਦੇ ਗੁਜਰਾਤ ਦੇ ਵਿੱਚ ਬੀਜੇਪੀ ਰਿਕਾਰਡ ਤੋੜ ਸੀਟਾਂ ਜਿੱਤੇਗੀ ਜੀ। ਦੇਖੋ ਜੀ, ਅਮਿਤ ਸ਼ਾਹ ਹੋਰਾਂ ਨੇ ਗੱਲ ਕਹੀ ਆ ਕਿ ਗੁਜਰਾਤ ਦੇ ਵਿੱਚ ਬੀਜੇਪੀ ਇੱਕ ਵਾਰ ਫੇਰ ਰਿਕਾਰਡ ਤੋੜ ਸੀਟਾਂ ਦੇ ਨਾਲ ਜਿੱਤ ਹਾਸਲ ਕਰੂਗੀ। ਮੈਨੂੰ ਨਹੀਂ ਪਤਾ ਜੀ ਕਿੰਨੀਆਂ ਸੀਟਾਂ ਮਿਲਣਗੀਆਂ, ਪਰ ਇਹ ਆ ਵੀ ਬੀਜੇਪੀ ਲੱਗਦਾ ਇਹ ਆ ਕਿ ਜਿੱਤਣ ਦਾ ਢੰਗ ਜਾਣਦੀ ਹੋਣ ਕਰਕੇ ਐਤਕੀ ਫੇਰ ਸ਼ਾਇਦ ਬਾਜ਼ੀ ਮਾਰਨ 'ਚ ਕਾਮਯਾਬ ਗੁਜਰਾਤ 'ਚ ਹੋ ਜੇ। 2 ਦਹਾਕਿਆਂ ਤੋਂ ਉੱਤੇ ਹੋ ਗਿਆ ਜੀ ਉੱਥੇ ਬੀਜੇਪੀ ਦੀ ਸਰਕਾਰ ਬਣੀ ਨੂੰ ਗੁਜਰਾਤ ਦੇ ਵਿੱਚ। ਬੀਜੇਪੀ ਦਾ ਮੁਕਾਬਲਾ ਕਾਂਗਰਸ ਦੇ ਵੱਲੋਂ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ, ਪਰ ਮੈਨੂੰ ਨਿੱਜੀ ਤੌਰ 'ਤੇ ਇਹੀ ਲੱਗੀ ਜਾਂਦਾ ਜੀ ਕਿ ਐਤਕੀ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੋਵੇਂ ਸੂਬੇ ਜਿਹੜੇ ਉਹ ਬੀਜੇਪੀ ਦੀ ਝੋਲੀ ਦੇ ਵਿੱਚ ਹੀ ਪੈ ਜਾਣੇ ਆ। ਇਹਦਾ ਮਤਲਬ ਇਹ ਨਹੀਂ ਗਾ ਕਿ ਬੀਜੇਪੀ ਦੀ ਤੂਤੀ ਬੋਲਦੀ ਆ ਹਰ ਦਿਲ ਦੇ ਵਿੱਚ ਵਸੀ ਆ, ਇਹਦਾ ਮਤਲਬ ਇਹ ਆ ਕਿ ਵਿਰੋਧੀ ਪਾਰਟੀਆਂ ਦੇ ਪੈਰ ਹੀ ਨਹੀਂ ਲੱਗਦੇ ਗੇ। ਉਹਦਾ ਕਾਰਨ ਇਹ ਕਿ ਬੀਜੇਪੀ ਦੇ ਕੋਲ ਹਰ ਤਰੀਕਾ ਵੀ ਹੈ, ਬੀਜੇਪੀ ਦੇ ਕੋਲ ਸਾਰੇ ਸਾਧਨ ਵੀ ਆ, ਬੀਜੇਪੀ ਦੇ ਕੋਲ ਹਰ ਢੰਗ ਵੀ ਆ ਵੀ ਅਸੀਂ ਜਿੱਤ ਕਿਵੇਂ ਹਾਸਲ ਕਰਨੀ ਆ। ਸੋ ਕਿੰਨੀਆਂ ਸੀਟਾਂ ਜਿੱਤੂਗੀ ਗੁਜਰਾਤ ਦੇ ਵਿੱਚ ਬੀਜੇਪੀ, ਇਹਦੇ ਬਾਰੇ ਤਾਂ ਨਹੀਂ ਮੈਂ ਕੁਝ ਕਹਿ ਸਕਦਾ, ਪਰ ਮੈਨੂੰ ਲੱਗਦਾ ਨਿੱਜੀ ਤੌਰ 'ਤੇ ਇਹ ਆ ਕਿ ਭਾਈ ਗੁਜਰਾਤ ਦੇ ਵਿੱਚ ਬੀਜੇਪੀ ਨੇ ਫਿਰ ਮੱਲ ਮਾਰ ਲੈਣੀ ਆ। ਜੀ ਸਰ, ਆਪਾਂ ਪਿਛਲੇ ਦਿਨ ਹੀ ਖਬਰ ਸਾਂਝੀ ਕੀਤੀ ਸੀ ਜੀ ਕਿ ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਇੱਕ ਟੈਕਸੀ ਦੇ ਵਿੱਚੋਂ ਇੱਕ ਲਾਸ਼ ਮਿਲੀ ਹੈ, ਤੇ ਹੁਣ ਕਹਿੰਦੇ ਉਹ ਲਾਸ਼ ਛੱਡਣ ਵਾਲਾ ਜਿਹੜਾ ਉਹ ਕਾਬੂ ਕਰ ਲਿਆ ਗਿਆ। ਹਾਂ ਬਿਲਕੁਲ ਜੀ, ਇਹ ਅਸਲ ਦੇ ਵਿੱਚ ਦੋਵੇਂ ਦੋਸਤ ਹੀ ਸੀਗੇ, ਤੇ ਮਰਨ ਵਾਲਾ ਵੀ ਤੇ ਮਾਰਨ ਵਾਲਾ ਵੀ, ਦੋਨੋਂ ਇੱਕੋ ਫੈਕਟਰੀ ਦੇ ਵਿੱਚ ਕੰਮ ਕਰਦੇ ਆ, ਤੇ ਗਦਾਈਪੁਰ ਪਿੰਡ ਆ ਜਿਹੜਾ ਜਲੰਧਰ ਦਾ, ਤੇ ਇੱਥੇ ਇਹ ਰਹਿੰਦੇ ਸੀਗੇ, ਤੇ ਇੱਕ ਔਰਤ ਦੇ ਪਿੱਛੇ ਇਹ ਕਤਲ ਹੋਇਆ। ਜਿਹੜਾ ਬਬਲੂ ਜਿਹਨੂੰ ਕਿ ਮਾਰਿਆ ਗਿਆ, ਕਤਲ ਕਰਕੇ ਟੈਚੀ 'ਚ ਪਾ ਕੇ ਰੱਖਿਆ ਗਿਆ ਸੀਗਾ, ਉਹਦੇ ਉਸ ਔਰਤ ਦੇ ਨਾਲ ਕੋਈ ਨੇੜਤਾ ਸੀ, ਸੰਬੰਧ ਸੀਗੇ, ਤੇ ਜਿਹੜਾ ਦੂਜਾ ਸੀਗਾ ਉਹਦੇ ਨਾਲੋਂ ਕਿਸੇ ਗੱਲੋਂ ਲਾਗਡਾਟ ਸੀਗੀ, ਤੇ ਇਹ ਇਸ ਕਰਕੇ ਕਤਲ ਹੋਇਆ। ਪਤਾ ਲੱਗਾ ਜੀ ਕਿ ਜਿਹੜਾ ਉਹ ਦੋਸਤ ਆ ਜਿਹਨੇ ਇਹ ਕਤਲ ਕੀਤਾ ਬਬਲੂ ਦਾ, ਉਹਨੇ ਟੈਚੀ ਦੇ ਵਿੱਚ ਪਾ ਕੇ ਤੇ ਰੱਖਿਆ ਜਾਂਦਾ ਸੀਗਾ ਰੇਲਵੇ ਸਟੇਸ਼ਨ ਦੇ ਮੂਹਰੇ। ਅਸਲ ਦੇ ਵਿੱਚ ਇਹ ਰੇਲ ਗੱਡੀ ਦੇ ਵਿੱਚ ਰੱਖਣਾ ਚਾਹੁੰਦਾ ਸੀਗਾ ਇਸ ਅਟੈਚੀ ਨੂੰ, ਵੀ ਚਲੋ ਜੀ ਰੇਲ ਗੱਡੀ ਦੇ ਵਿੱਚ ਮੈਂ ਲੈ ਜਾਂਦਾ ਸਮਾਨ ਆਪਦਾ ਲਗੇਜ, ਤੇ ਆਪ ਮੈਂ ਉਤਰ ਜੂ ਅਗਲੇ ਸਟੇਸ਼ਨ ਤੇ, ਤੇ ਇਹ ਜਿੱਥੋਂ ਤੱਕ ਜਾਂਦਾ ਉੱਥੋਂ ਤੱਕ ਚੱਲੇ ਜਾਣ ਦਿਆਂਗੇ। ਪਰ ਉਹ ਅੰਦਰ ਤਾਂ ਨਹੀਂ ਲਿਜਾ ਸਕਿਆ ਕਿਉਂਕਿ ਉਹਦੇ ਮਨ ਦੇ ਵਿੱਚ ਡਰ ਆ ਗਿਆ ਵੀ ਯਾਰ ਕਿਤੇ ਜਦੋਂ ਆਪਾਂ ਅੰਦਰ ਜਾਂਦੇ ਪਲੇਟਫਾਰਮ ਤੇ ਵੀ ਪੁਲਿਸ ਕਈ ਵਾਰੀ ਅਟੈਚੀ ਚੈੱਕ ਕਰਨ ਲੱਗ ਜਾਂਦੀ ਵੀ ਅਟੈਚੀ ਖੋਲ ਕੇ ਦਿਖਾਓ, ਵੀ ਕਿਤੇ ਇਹ ਨਾ ਹੋਵੇ ਮੈਂ ਇਸ ਮਾਮਲੇ 'ਚ ਫਸ ਜਾ। ਇਸ ਕਰਕੇ ਉਹ ਬਾਹਰਲੇ ਪਾਸੇ ਅਟੈਚੀ ਰੱਖ ਕੇ ਮੁੜਿਆ ਸੀਗਾ, ਪਰ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਹਮਣੇ ਆ ਗਈ, ਤੇ ਉਹਨੂੰ ਪਤਾ ਲੱਗ ਗਿਆ ਜੀ ਕਿ ਚੱਪਲਾਂ ਪਾਈਆਂ ਬੰਦਾ ਇੱਕ ਤੇ ਇੱਕ ਏਦਾਂ ਦਾ ਚਿਹਰਾ ਹੈਗਾ, ਤੇ ਉਹ ਇੱਥੇ ਰੱਖ ਕੇ ਗਿਆ। ਲਓ ਜੀ ਪੁਲਿਸ ਨੇ ਉਸ ਤੋਂ ਬਾਅਦ ਪੜਤਾਲ ਕੀਤੀ ਤੇ ਗਦਈਪੁਰ ਦੇ ਵਿੱਚੋਂ ਇਹਨੂੰ ਫੜ ਲਿਆ ਗਿਆ। ਸੋ ਇਹ ਹੈ ਜੀ ਕਿ ਇਹ ਆਪਸੀ ਜਿਹੜੀ ਆ ਉਹ ਵਿਰੋਧਤਾ ਦਾ ਮਾਮਲਾ ਵੀ ਸੀਗਾ, ਇੱਕ ਔਰਤ ਦੇ ਪਿੱਛੇ ਕਤਲ ਹੋਇਆ, ਇੱਕੋ ਫੈਕਟਰੀ ਦੇ ਵਿੱਚ ਰਹਿੰਦੇ ਸੀਗੇ, ਇੱਕੋ ਥਾਂ ਤੇ ਕੰਮ ਕਰਦੇ ਸੀ, ਪਰ ਬਾਅਦ ਦੇ ਵਿੱਚ ਇਹਨਾਂ ਦੇ ਵਿੱਚ ਵੈਰ ਵਿਰੋਧ ਦੀ ਭਾਵਨਾ ਪੈਦਾ ਹੋ ਗਈ ਸੀ। ਜੀ ਸਰ, ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ ਜੀ, ਗਾਇਕ ਨਛੱਤਰ ਗਿੱਲ ਹੋਰਾਂ ਦੀ ਪਤਨੀ ਦਾ ਦੇਹਾਂਤ ਹੋ ਗਿਆ ਜੀ। ਹਾਂ ਬਿਲਕੁਲ ਜੀ, ਬਹੁਤ ਦੁਖਦਾਈ ਖਬਰ ਹੈ ਜੀ। ਗਾਇਕ ਨਛੱਤਰ ਗਿੱਲ ਜਿਹੜਾ ਚੰਗਾ ਗਾਇਕ ਆ, ਉਹਦੀ ਪਤਨੀ ਦਿਲਜਿੰਦਰ ਕੌਰ ਦੀ ਮੌਤ ਹੋਈ ਆ, ਕੈਂਸਰ ਤੋਂ ਪੀੜਿਤ ਸੀ। ਮੌਤ ਤੋਂ 2 ਦਿਨ ਪਹਿਲਾਂ ਧੀ ਦਾ ਵਿਆਹ ਕੀਤਾ,
ਤੇ ਅੱਜ ਉਹਨਾਂ ਦੇ ਪੁੱਤ ਦਾ ਵਿਆਹ ਸੀ ਤੇ ਵਿਚਕਾਰ ਦੇ ਸਮੇਂ ਦੇ ਵਿੱਚ ਮੌਤ ਹੋ ਗਈ ਮਾਂ ਦੀ। ਇਸ ਕਰਕੇ ਬੱਚੇ ਵੀ ਬਹੁਤ ਪਰੇਸ਼ਾਨ ਆ, ਨਛੱਤਰ ਹੋਰੀ ਵੀ ਬੜੇ ਪਰੇਸ਼ਾਨ ਆ, ਸਾਰਾ ਪਰਿਵਾਰ ਬੜਾ ਪਰੇਸ਼ਾਨ ਆ। ਤੇ ਅਗਲੀ ਗੱਲ ਇਹ ਆ ਵੀ ਅੱਜ ਪੂਰਾ ਸੰਗੀਤ ਜਗਤ ਤੇ ਹਰ ਪੰਜਾਬੀ ਪਿਆਰਾ ਜਿਹੜਾ ਪ੍ਰਸ਼ੰਸਕਾਂ ਨਛੱਤਰ ਗਿੱਲ ਦੇ ਗੀਤਾਂ ਦਾ, ਉਹ ਇਸ ਪਰਿਵਾਰ ਦੇ ਲਈ ਨਾਲ ਖੜਾ ਤੇ ਦੁੱਖ ਦੇ ਵਿੱਚ ਸ਼ਰੀਕ ਹੈਗਾ ਤੇ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਜੀ। ਜੀ ਸੋ ਬਹੁਤ ਬਹੁਤ ਸ਼ੁਕਰੀਆ ਸਰ, ਅੱਜ ਲਈ ਇੰਨਾ ਹੀ ਜੀ, ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ।